ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਦੇਸ਼ ਨੂੰ ਲੋਕਤੰਤਰੀ ਦੇਸ਼ ਕਹਿੰਦੇ ਹਾਂ। ਲੋਕਤੰਤਰ ਵਿੱਚ ਹਰ ਇਨਸਾਨ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਨ ਅਧਿਕਾਰ ਹੈ, ਪਰ ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਇੱਕ ਲੋਕਤੰਤਰ ਦੇਸ਼ ਵਿੱਚ ਵੀ ਮਹਿਜ ਬੋਲੇ ਗਏ ਕੁਝ ਸ਼ਬਦ ਹੀ ਮੌਤ ਦਾ ਕਾਰਨ ਬਣ ਜਾਂਦੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬੀਤੇ ਦਿਨੀ ਸਿਗਰਟ ਨੋਸ਼ੀ ਨੂੰ ਰੋਕਣ ਕਰਕੇ ਮਾਰੇ ਗਏ ਗੁਰਪ੍ਰੀਤ ਸਿੰਘ ਦੀ। ਗੁਰਪ੍ਰੀਤ ਸਿੰਘ ਦਾ ਕਸੂਰ ਕੀ ਸੀ? ਸਿਰਫ ਇਹ ਕਿ ਇਸ ਲੋਕਤੰਤਰੀ ਦੇਸ਼ ਵਿੱਚ ਆਪਣੇ ਹੱਕਾਂ ਨੂੰ ਲਾਗੂ ਕਰਦੇ ਹੋਏ ਜਨਤਕ ਥਾਂ 'ਤੇ ਸਿਗਰਟ ਨੋਸ਼ੀ ਕਰਦੇ ਹੋਏ ਇੱਕ ਵਿਅਕਤੀ ਨੂੰ ਰੋਕਣਾ, ਆਪਣੀ ਇਸ ਕਾਰਵਾਈ ਕਰਕੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ, ਇਹ ਸ਼ਰੇਆਮ ਲੋਕਤੰਤਰ ਦਾ ਕਾਣ ਹੈ ਕਿ ਇਸ ਕਾਰਵਾਈ ਤੋਂ ਬਾਅਦ ਅਸੀਂ ਬੁਰਾਈ ਦੇ ਵਿਰੁੱਧ ਆਵਾਜ਼ ਉਠਾਉਣ ਦਾ ਹੀਲਾ ਕਰਾਂਗੇ। ਨਜ਼ਰ ਮਾਰਦੇ ਹਾਂ ਇਸ ਪੂਰੇ ਮਾਮਲੇ 'ਤੇ। ਦਿੱਲੀ ਦੇ AIIMS ਹਸਪਤਾਲ ਦੇ ਬਾਹਰ ਸਿਗਰਟ ਪੀਣ ਤੋਂ ਟੋਕਣ ਨੂੰ ਲੈ ਕੇ ਇੱਕ ਬੰਦੇ ਨਾਲ ਦੋ ਸਿੱਖ ਨੌਜਵਾਨਾਂ ਦੇ ਹੋਏ ਝਗੜੇ ਵਿੱਚ ਬੁਰੀ ਤਰ੍ਹਾਂ ਫੱਟੜ ਹੋਏ ਨੌਜਵਾਨ ਗੁਰਪ੍ਰੀਤ ਸਿੰਘ ਦੀ 20 ਸਤੰਬਰ ਨੂੰ ਮੌਤ ਹੋ ਗਈ। ਗੁਰਪ੍ਰੀਤ ਸਿੰਘ 18 ਸਤੰਬਰ ਤੋਂ AIIMS ਦੇ ਟਰਾਮਾ ਸੈਂਟਰ ਵਿੱਚ ਕੋਮਾ ਦੀ ਹਾਲਤ ਵਿੱਚ ਵੈਂਟੀਲੇਟਰ 'ਤੇ ਸੀ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ 'ਤੇ ਮਾਮਲਾ ਦਰਜ ਨਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ CBI ਪੜਤਾਲ ਕੀਤੀ ਜਾਵੇ। ਉਧਰ ਦਿੱਲੀ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਦਬਾਅ ਹੋਣ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਮਾਮਲੇ ਨੂੰ ਸੰਜੀਦਗੀ ਨਾਲ ਲੈ ਰਹੇ ਨੇ। ਉਧਰ ਮ੍ਰਿਤਕ ਦੇ ਦੋਸਤਾਂ ਦਾ ਦੋਸ਼ ਹੈ ਕਿ ਦੋਸ਼ੀ ਅਸਰ ਰਸੂਖ ਵਾਲਾ ਹੈ, ਇਸ ਲਈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦਿੱਲੀ ਇੰਸਟੀਚਿਊਟ ਆਫ ਫੋਟੋਗ੍ਰਾਫੀ ਦੇ ਹਮ ਜਮਾਤੀ ਅਤੇ ਹੋਰ ਸਿੱਖ ਅਤੇ ਗੈਰ ਸਿੱਖ ਨੌਜਵਾਨ ਵੀ ਹਸਪਤਾਲ ਦੇ ਬਾਹਰ ਪਹੁੰਚੇ ਹੋਏ ਸਨ। ਸਾਰਿਆਂ ਨੇ ਹੀ ਆਪਣੇ ਹੱਥਾਂ ਵਿੱਚ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀਆਂ ਤਸਵੀਰਾਂ ਲੈ ਕੇ ਇਨਸਾਫ ਦੀ ਮੰਗ ਕੀਤੀ। ਉਹਨਾਂ ਦੋਸ਼ੀ ਵਿਰੁੱਧ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ। ਹਾਲੀਆ ਤੌਰ 'ਤੇ ਮਾਮਲਾ ਨਸਲੀ ਟਿੱਪਣੀਆਂ ਹੋਣ ਦਾ ਵੀ ਬਣਦਾ ਨਜ਼ਰ ਆ ਰਿਹਾ ਹੈ। ਮ੍ਰਿਤਕ ਦੇ ਦੋਸਤਾਂ ਨੇ ਫੇਸਬੁੱਕ 'ਤੇ ਜਸਟਿਸ ਫਾਰ ਗੁਰਪ੍ਰੀਤ ਨਾਂ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਵੇਰਵਿਆਂ ਮੁਤਾਬਕ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੇ ਵਸਨੀਕ ਦੋ ਦੋਸਤ ਮਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿਛਲੇ ਇੱਕ ਸਾਲ ਤੋਂ ਦਿੱਲੀ ਯੂਨੀਵਰਸਿਟੀ ਨੇੜੇ ਦਿੱਲੀ ਇੰਸਟੀਚਿਊਟ ਆਫ ਫੋਟੋਗ੍ਰਾਫੀ ਵਿੱਚ ਕੋਰਸ ਕਰ ਰਹੇ ਸਨ। ਦੋਵੇਂ ਦੋਸਤ ਐਤਵਾਰ ਤੜਕੇ 4 ਵਜੇ ਸਫਦਰਜੰਗ ਹਸਪਤਾਲ ਨੇੜੇ ਰੇੜੀ ਤੋਂ ਚਾਹ ਅਤੇ ਪਰੌਂਠੇ ਖਾ ਰਹੇ ਸਨ। ਉੱਥੇ ਇੱਕ ਆਦਮੀ ਆਇਆ ਅਤੇ ਉਸਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਉੱਤੇ ਧੂੰਆਂ ਸੁੱਟਣ ਲੱਗਾ। ਜਦੋਂ ਅੱਗੋਂ ਦੋਵਾਂ ਨੇ ਵਿਰੋਧ ਕੀਤਾ ਅਤੇ ਬਹਿਸਬਾਜ਼ੀ ਹੋਈ। ਇਸ 'ਤੇ ਉਸਨੇ ਧਮਕਾਇਆ ਵੀ ਕਿ ਜੇ ਤੁਸੀਂ ਅਸਾਮ ਵਿੱਚ ਹੁੰਦੇ ਤਾਂ ਤੁਹਾਨੂੰ ਕਤਲ ਕਰ ਦੇਣਾ ਸੀ ਅਤੇ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਣ ਦੇਣੀ ਸੀ। ਜਦੋਂ ਦੋਵੇਂ ਦੋਸਤ ਬਾਈਕ 'ਤੇ ਬਹਿ ਕੇ ਉੱਥੋਂ ਜਾਣ ਲੱਗੇ ਤਾਂ ਪਿੱਛੋਂ ਇਸ ਨੇ ਕਾਰ ਦੇ ਨਾਲ ਫੇਟ ਮਾਰੀ ਅਤੇ ਗੁਰਪ੍ਰੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜੋ ਕਿ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕਾ ਹੈ। ਪਰ ਸਵਾਲ ਇਹ ਹੈ ਕਿ ਇਸ ਲੋਕਤੰਤਰਵਾਦੀ ਦੇਸ਼ ਵਿੱਚ ਜਿੱਥੇ ਸਿਗਰਟ ਨੋਸ਼ੀ ਨੂੰ ਪਬਲਿਕ ਪਲੇਸਿਸ 'ਤੇ ਵੈਸੇ ਹੀ ਮਨਾਹੀ ਹੈ, ਉੱਥੇ ਇੱਕ ਨੌਜਵਾਨ ਦੇ ਸਿਗਰਟ ਬੰਦ ਕਰਨ ਨੂੰ ਲੈ ਕੇ ਛੋਟੀ ਜਿਹੀ ਟਿੱਪਣੀ ਤੋਂ ਬਾਅਦ ਕਿਸੇ ਬੰਦੇ ਦਾ ਇੰਨਾ ਹਮਲਾਵਰ ਰੁੱਖ ਅਖਤਿਆਰ ਕਰ ਲੈਣਾ ਕੀ ਸਾਡੇ ਲੋਕਤੰਤਰ 'ਤੇ ਇੱਕ ਸ਼ਰਮਨਾਕ ਧੱਬਾ ਨਹੀਂ ਹੈ? ਨਿਊਜ਼ ਡੈਸਕ ਤੋਂ ਮਨਦੀਪ ਕੌਰ ਖਾਲਸਾ ਦੀ ਰਿਪੋਰਟ। ਇਹ ਤਾਂ ਗੱਲ ਸੀ ਇੱਕ ਸਿੱਖ ਦੀ, ਜੋ ਘੱਟ ਗਿਣਤੀ ਨਾਲ ਹੁੰਦੇ ਬੇਇਨਸਾਫ ਦੀ ਹੀ ਇੱਕ ਹੋਰ ਕੜੀ ਬਣ ਗਈ ਹੈ। ਪਰ ਜੇ ਅਸੀਂ ਵਿਆਪਕ ਰੂਪ ਵਿੱਚ ਗੱਲ ਕਰੀਏ ਤਾਂ ਸਿਗਰਟ ਨੋਸ਼ੀ ਇੱਕ ਅਜਿਹੀ ਆਦਤ ਹੈ ਜੋ ਪੀਣ ਵਾਲੇ ਦੇ ਨਾਲ ਨਾਲ ਦੂਸਰੇ ਵਿਅਕਤੀਆਂ 'ਤੇ ਵੀ ਬੜੇ ਮਾਰੂ ਪ੍ਰਭਾਵ ਪਾਉਂਦੀ ਹੈ। ਇਸ ਖਤਰਨਾਕ ਬੁਰਾਈ ਨੂੰ ਸਾਰੇ ਸੰਸਾਰ ਵਿੱਚ ਹੀ ਕਾਬੂ ਕਰਨ ਦੀ ਲੋੜ ਹੈ। ਤੰਬਾਕੂ ਨੋਸ਼ੀ ਦੇ ਸਰੀਰ ਦੇ ਵੱਖ ਵੱਖ ਅੰਗਾਂ 'ਤੇ ਬੜੇ ਹੀ ਖਤਰਨਾਕ ਪ੍ਰਭਾਵ ਪੈਂਦੇ ਨੇ। ਲਗਭਗ 1 ਬਿਲੀਅਨ ਆਦਮੀ ਅਤੇ 250 ਮਿਲੀਅਨ ਔਰਤਾਂ ਪੂਰੇ ਸੰਸਾਰ ਵਿੱਚ ਸਿਗਰਟ ਨੋਸ਼ੀ ਦੀ ਆਦਤ ਦਾ ਸ਼ਿਕਾਰ ਨੇ। ਤੰਬਾਕੂ ਨੋਸ਼ੀ ਦੇ ਕਰਕੇ 100 ਮਿਲੀਅਨ ਲੋਕ 20ਵੀਂ ਸਦੀ ਵਿੱਚ ਮਾਰੇ ਗਏ ਅਤੇ ਜੇ ਇਸੇ ਤਰ੍ਹਾਂ ਹੀ ਤੰਬਾਕੂ ਦਾ ਰੁਝਾਨ ਜਾਰੀ ਰਿਹਾ ਤਾਂ 21ਵੀਂ ਸਦੀ ਵਿੱਚ 1 ਅਰਬ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਰੋਜ਼ਾਨਾ 80,000 ਤੋਂ 1 ਲੱਖ ਲੋਕ ਤੰਬਾਕੂ ਨੋਸ਼ੀ ਦੀ ਆਦਤ ਦਾ ਸ਼ਿਕਾਰ ਬਣਦੇ ਨੇ। ਸਿਗਰਟ ਨੋਸ਼ੀ ਨਾਲ ਇਨਸਾਨ ਦੀ ਜ਼ਿੰਦਗੀ ਦੇ 15 ਸਾਲ ਕੱਟ ਜਾਂਦੇ ਨੇ। ਸਿਗਰਟ ਪੀਣ ਵਾਲੇ ਦੇ ਸੰਪਰਕ ਵਿੱਚ ਆਉਣ ਵਾਲੇ ਵੀ ਹਰ ਸਾਲ 6 ਲੱਖ ਲੋਕ ਮਾਰੇ ਜਾਂਦੇ ਨੇ। ਤੰਬਾਕੂ ਨਾਲ ਕੈਂਸਰ ਹੁੰਦਾ ਹੈ। ਤੰਬਾਕੂ ਨਾਲ ਸਰੀਰ ਦੇ ਸਾਰੇ ਹਿੱਸਿਆਂ 'ਤੇ ਗਲਤ ਪ੍ਰਭਾਵ ਪੈਂਦਾ ਹੈ। ਚਮੜੀ, ਦੰਦ, ਨਹੁੰ, ਵਾਲ, ਅੱਖਾਂ, ਨਾੜੀ ਪ੍ਰਣਾਲੀ ਅਤੇ ਲਗਭਗ ਸਰੀਰ ਦੇ ਸਾਰੇ ਹਿੱਸੇ ਪ੍ਰਭਾਵਿਤ ਹੁੰਦੇ ਨੇ। ਇੱਕ ਸਿਗਰਟ ਪੀਣ ਦੇ ਨਾਲ ਜ਼ਿੰਦਗੀ ਦੇ 11 ਮਿੰਟ ਘੱਟ ਜਾਂਦੇ ਨੇ।
तंबाकू नोशी दे इस माड़े प्रभाव दी जानकारी लगभग सारयां नूं है, पर फिर भी सरकारां इस दी आम विक्री ते रोक क्यों नहीं लाउंदियां। अपनी आमदन नूं वधाउण दे लई इन्हां जहरीले पदार्थां नूं शरेआम खुल्ला वेचण दी इजाजत है। जे साडियां सिख संस्थावां भी अगे आ के इस बुराई विरुद्ध आवाज उठाउण तां सार्थक अर्थ निकल सकदे ने। अजिही खतरनाक बुराई विच सिख पंथ विच सख्त शब्दां विच मनाई है अते इस नूं बज्जर कुरहत मन्निया जांदा है। सिख परिवारां विच सिगरट पीण वाले नूं माड़ा समझिया जांदा है अते जे ओह अपने घर पीवे तां वी कोई गल नहीं, पर जे जनतक थावां ते सिख किसे नूं अपने वल धुआं सुटदे वेख लैण तां सदा ही इस करनी तों रोकिया जांदा है। कुछ शरारती लोग इस गल नूं जाणदे होए जाण बुझ के अजिही हरकत करदे ने तां जो सिख जज्बाती हो जाण अते उन्हां नूं गुस्सा आवे। यही कुछ वापरिया सी 18 सितंबर नूं जदों गुरप्रीत ने सहज सुभा उस व्यक्ति नूं सिगरट नोशी तों रोकिया सी, पर शरेआम उसका कतल करके शायद सिखां दी इस आवाज नूं रोकण दी कोशिश कीती गई है, पर इस तरह नहीं होवेगा। उस कातल विरुद्ध इंसाफ दी आवाज बुलंद करन लई दिल्ली सिख गुरुद्वारा प्रबंधक कमेटी अगे आई। कमेटी वल्लों शरेआम होए इस धक्के दे खिलाफ कैंडल मार्च कढ़िया गया अते इंसाफ दी मांग कीती गई। बीते दिन सिगरट नोशी नूं रोकण करके मारे गए गुरप्रीत सिंह लई इंसाफ दी आवाज बुलंद करन वास्ते दिल्ली सिख गुरुद्वारा प्रबंधक कमेटी वल्लों कैंडल मार्च कटिया गया। गुरुद्वारा माता सुंदरी जी तो हजारा संगतां दी मौजूदगी विच शुरू होया मार्च दिल्ली पुलिस हेडक्वार्टर आईटीयू वल रवाना होया। मुजारकारियां ने बां ते कालियां पट्टियां बनियां होईयां सन, हाथ विच दिल्ली पुलिस दे खिलाफ तख्तियां फड़ के मुजारकारी दिल्ली पुलिस दी इस मामले ते भूमिका नूं सवालां ते घेरे विच खड़ा कर रहे सन। कमेटी प्रधान सरदार मनजीत सिंह जी के दी अगुवाई हेठ चल रही संगत गुरप्रीत सिंह नूं इंसाफ दिवाउण लई इक मत नजर आ रही सी। इस मौके गुरप्रीत सिंह दे पिता अते भैण ने भी इस कैंडल मार्च विच शमूलियत कीती। दिल्ली पुलिस दे विरोध पिछों दे कारणा दा खुलासा करदे हुए जीके ने दस्या कि दिल्ली पुलिस ने सिगरेट दा धुआं गुरप्रीत दे मुंह ते सुटन वाले आरोपी रोहित मोहिंता नूं बचाउण दी पूरी कोशिश कीती सी, पर दिल्ली कमेटी दे सख्त रुख तों बाद दिल्ली पुलिस नूं नवी FIR दर्ज करन लई मजबूर होना पिया सी। सरदार जीके ने कहा कि साडी मुख मंग आरोपी नूं बचाउण दी कोशिश करन वाले पुलिस अधिकारियां दी बर्खास्त कीती है। ਬਠਿੰਡੇ ਸ਼ਹਿਰ ਦੇ ਰਹਿਣ ਵਾਲੇ ਔਰ ਇਹਨਾਂ ਨੇ ਆਪਣੇ MP ਹਰਸਿਮਰਤ ਬਾਦਲ ਨੂੰ ਵਿਰੋਧ ਕੀਤੀ ਜਦੋਂ ਦਿੱਲੀ 'ਚ ਕਿਸੇ ਦੇ ਬਾਹਰ ਨਾ ਪੜੀ। ਹਰਸਿਮਰਤ ਬਾਦਲ ਨੇ ਮਨਜਿੰਦਰ ਸਿਰਸੇ ਨੂੰ ਤੇ ਮਨੂ ਫੋਨ ਤੇ ਆਖਿਆ ਕਿ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਔਰ ਇੱਥੇ ਸਨੀ ਮੁੰਡਾ ਬੈਠਾ ਹੈ, ਮੈਨੂੰ ਇਹਦਾ ਫੋਨ ਆਉਂਦਾ ਹੈ, ਕਹਿੰਦੇ ਵੀਰ ਜੀ ਬਹੁਤ ਵੱਡਾ ਧੱਕਾ ਹੋ ਗਿਆ, ਇਹ ਬੱਚੇ ਨੂੰ ਇਸ ਤਰੀਕੇ ਨਾਲ ਮਾਰਿਆ ਗਿਆ ਔਰ ਪੁਲਿਸ ਨੇ ਲਾਸ਼ ਕੱਢ ਕੇ ਚੋਰ ਰਸਤੇ ਨਾਲੋਂ ਸੜਕ ਤੇ ਰੱਖ ਦਿੱਤੀ ਹੈ ਹਸਪਤਾਲ ਵਾਲਿਆਂ ਨੇ, ਔਰ ਇਹਨਾਂ ਦਾ ਜਿਹੜਾ ਮੁਕਦਮਾ ਪੜਦਾ ਉਹ ਨਹੀਂ ਪੜ ਰਿਹਾ, ਇਹਨਾਂ ਤੇ ਜਿਹੜਾ ਮੁਕਦਮਾ ਦਰਜ ਕੀਤਾ ਐਕਸੀਡੈਂਟ ਦਾ ਦਰਜ ਕਰਕੇ ਇਹਨਾਂ ਨੇ ਜ਼ਮਾਨਤ ਲੈ ਲਈ। ਮੈਂ ਉਸੇ ਵੇਲੇ ਫੋਨ ਕੀਤਾ ਰਾਣਾ ਜੀ ਨੂੰ, ਸਰ ਹਰਜੀਤ ਕਾਲਕਾ ਨੂੰ, ਸਿਰਸਾ ਜੀ ਕਮਿਸ਼ਨਰ ਨਾਲ ਗੱਲ ਕਰ ਰਹੇ ਸੀਗੇ, ਮੈਂ ਕਿਹਾ ਤੁਸੀਂ ਥਾਣੇ ਪਹੁੰਚੋ, ਮੈਂ ਦਿੱਲੀਓਂ ਬਾਹਰ ਹਾਂ ਲੇਕਿਨ ਮੈਂ 2 ਘੰਟਿਆਂ 'ਚ ਜ਼ਰੂਰ ਪਹੁੰਚ ਜਾਵਾਂਗਾ। ਅਸੀਂ ਸਾਰੇ ਕੰਮ ਛੱਡ ਕੇ ਥਾਣੇ ਵੱਲ ਨੂੰ ਗਏ, ਅੱਗੇ ਉੱਥੇ ਸਾਡੇ ਮੈਂਬਰ ਕੁਲਦੀਪ ਸਿੰਘ ਸਾਹਨੀ, ਰਾਜਾ ਉਕਾਰ ਸਿੰਘ ਔਰ ਹੋਰ ਸਾਡੇ ਮੈਂਬਰ ਸਭਾ ਪਹੁੰਚੇ ਹੋਏ ਸਨ। ਪੁਲਿਸ ਉਸ ਵੇਲੇ ਇੱਕੋ ਗੱਲ ਕਹਿ ਰਹੀ ਸੀ ਕਿ ਜੋ FIR ਦਰਜ ਹੋ ਗਈ ਇਹ ਬਦਲੀ ਨਹੀਂ ਜਾ ਸਕਦੀ। ਮੈਂ ਅੱਜ ਜਿਹੜੀ ਸੜਕ ਤੇ ਖੜਾ ਨਾ, ਮੈਨੂੰ ਇੱਕ ਸੀਰ 1966 ਦਾ ਯਾਦ ਆ ਗਿਆ, ਇੱਥੇ ਇੱਕ ਵਾਰੀ ਅਕਾਲੀ ਦਲ ਦਾ 1960 ਦੇ ਮੋਰਚੇ ਵਾਸਤੇ ਇੱਕ ਜਲੂਸ ਨਿਕਲਿਆ ਸੀ, ਮੌਨ ਜਲੂਸ ਨਿਕਲਿਆ ਸੀ ਔਰ ਜਿਸ ਤਰੀਕੇ ਨਾਲ ਮੈਂ ਸਮਝਦਾ ਲਾਠੀਆਂ ਮਾਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਇਸੇ ਸੜਕ ਤੇ ਸਿੱਖ ਸ਼ਹੀਦ ਹੋਏ ਸੀਗੇ, ਅੱਜ ਤੁਸੀਂ ਉਸੇ ਸੜਕ ਤੇ ਖੜੇ ਹੋ, ਮੇਰੇ ਖਿਆਲ 50 ਸਾਲ ਤੋਂ ਉੱਤੇ ਉਸ ਗੱਲ ਨੂੰ ਹੋ ਗਏ ਹੋ, ਅੱਜ ਫਿਰ ਇਤਿਹਾਸ ਦੁਬਾਰਾ ਆ ਰਿਹਾ। ਦੱਸ ਜਦੋਂ ਅਸੀਂ ਥਾਣੇ ਗਏ ਹਰਬੀਰ ਸਿੰਘ ਹੋਰਾਂ ਦੀ ਔਰ ਸਿਰਸਾ ਦੀ ਗੱਲ DCP ਨਾਲ ਹੋਈ, ਅੱਜ ਮੈਂ ਸਾਰਿਆਂ ਦੇ ਵਿੱਚ ਤਾਰੀਫ ਕਰਦਾ ਵਾਂ
डीसीपी ईश्वर सिंह जी कि जिसने क्या बिल्कुल आप ठीक बोल रहे हैं, मेरे थाने ने गलती करी है और ये गलती रेक्टिफाई होगी और उसी क्लोन में रेक्टिफाई होगी। जो केस बनना चाहिए, जो दफा लगनी चाहिए वो दफा लगेगी। बोले देखो असी उसमें क्या सी दिल्ली सिख गुरुद्वारा प्रबंधक कमेटी साढ़े नाल ही असी उसके नाल हैं जिहड़ा उन्हें कार्ज किया झटपट किया उत्थे ही होया सी इस करके उन्होंने उस नोटिस लिया और जो भी करना चाहिए सी उन्होंने किया। असी दिल्ली गुरुद्वारा प्रबंधक कमेटी के नाल हैं, वो साढ़े नाल ने। दिल्ली गुरुद्वारा प्रबंधक कमेटी कोई भी आवाज़ मारेगी असी उस कार्ज के उसके नाल खड़ा। सिख संगतां दे मनां विच इस कारवाई नूं लै के भारी रोस है। उन्हां इंसाफ दी मंग कीती है तां जो इस तरह दुबारा कोई गुरप्रीत बली ना चढ़ जावे। सिख कौम दे विच इह मतलब कि साडे सिधांत आ कि नशे तों दूर रहना, नशा करन वाले तों दूर रहना और सिगरट तंबाकू पीण वाले तों तां साडे गुरु साहिबान ने वरजिया। साडे गुरु साहिबान दा घोड़ा भी जिथे तंबाकू पैदा होया सी उहदे विच अंदर नहीं सी बड़िया, बाहरों बाहर ही रोक गया सी। तो एक नशेड़ी व्यक्ति नूं जो सिगरट का सेवन कर रहा सी उन्हूं रोकना पब्लिक प्लेस ते सिख होण दे नाते, तो उस व्यक्ति ने इस गल का इन्ना बुरा मनाया कि उस व्यक्ति नूं बुरी तरह मारिया, गड्डी मार के एक्सीडेंट किया, एक्सीडेंट करके उसकी जान चली गई। बड़ी मदभागी गल आ, सरकारां नूं एक्शन लेना चाहिए भावें किसी भी धर्म नाल कोई व्यक्ति होवे। पब्लिकली ते इस तरह का नशा करना और आप नशा करके किसी का जानी माली नुकसान करना यह होर भी मदभागी गल आ। असीं सरकार नूं बेनती करदे आ कि किसी भी तरह जिन्नी भी वध तों वध सज़ा उस इहोजे इंसान नूं मिलनी चाहीदी है तो देनी चाहीदी आ। बहुत ही माड़ी निंदणयोग घटना है जदों कि देश दे कानून दे विच, भारत दे कानून विच सारे थावां ते जिहड़ी कि जनक थावां ते आ भी कोई भी न जानी कि है सिगरट नोशी नहीं कर सकता, पर वो सिख नौजवान दे मूँह ते धुआं मारना बहुत ही देश दे मत्थे दे कलंक है, जो कि घट गिणतियां दे उत्ते इस देश दे विच अत्याचार हो रहे ने। मैं चाहना भी वो जो गुरप्रीत दे जो कतल किया गया है एक्सीडेंट करके भी उन्होंने फांसी की सज़ा दी जाए। मैं तो यही कहना चाहवाँगा जी सख्त तो सख्त कार्रवाई हो। एक मैं शलाघा करदा दिल्ली गुरुद्वारा प्रबंधक कमेटी की जिन्होंने उपराला किया परिवार को सहयोग देने का, किसी भी तरह का वित्ती का हर तरह का नाल खड़े दिल्ली कमेटी, क्योंकि गुरु का हुक्मा कोठा होका चरस तंबाकू गाजा टोपी ताड़ी खाकू इनकी और ना कबू हूँ देख है रहत बंत जो सिंह बसिख है। गुरु का सानू उपदेश आ, गुरु का घोड़ा भी तंबाकू के खेत में नहीं बढ़िया सीगा, पर पापी लोग अज सेंटर सरकार वालों एक कानून भी बनाया गया, कानून के तहत पब्लिक स्टेशन पर आप कित भी पब्लिक जगह पर प्लेस से आप सिगरट नोशी तंबाकू नोशी नहीं कर सकते, पर अज भी पूर्ण तौर पर इस गलते पहरा नहीं दिता जा सकता। ट्रेनों में देख लो, बस स्टैंड देख लो, जिस तरह गुरसिख संगत को होर गुरु के प्यारों बहुत ही सामना करना पै रहा। सख्त तो सख्त वाई कार्रवाई हो जी यह अजे पापियों विरुद्ध जेडे सिख धर्म सिख नौजवानों से धूं पा रहे हैं, तो अजिहे सख्त तो सख्त सेवा मिलने चाहिए ने। एक बार फिर मैं दिल्ली गुरुद्वारा प्रबंधक कमेटी का धन्यवाद करदा, तो पूरी सिख कौम को कहाँगा कि सचेत रहो, अवेसलापन छोड़ो, अजिहे पापियों को सचेत रहो, तो जिहड़ा साडे विरुद्ध यह जी कार्रवाई करदा उन्होंने दंड दिओ जी। वाहिगुरू जी का खालसा, वाहिगुरू जी की फतेह। श्रोमणी गुरुद्वारा प्रबंधक कमेटी का अते दिल्ली गुरुद्वारा प्रबंधक कमेटी का मैं धन्यवाद करदा कि जिन्होंने ये बीड़ा चुकया, ये पापियां ने जो ये हरकत की है बहुत गलत है, क्योंकि किसी गुरसिख ते आम इंसान ते भी गंदा धूँ तंबाकू का पाउणा ये बहुत गलत गल है, जिथे फेफड़िया नुकसान करता है, उपर वो बकायदा तौर पर लिखा हों कि कैंसर हों, बड़िया बड़िया भयानक बीमारियां ये लगदिया हैं। मैं बेनती करना चाहना नौजवान वीरां नूं कि नशियां दा त्याग करो, आप जी अपने परिवार नूं इह नशियां तों दूर रखो, क्योंकि नशियां दा सेवन बहुत ही गलत है शरीर दे लई। गुरप्रीत नूं इंसाफ हर हालत विच मिलना चाहीदा है तां जो भविख विच वी हर मनुख मात्र किसी बुराई दे खिलाफ आवाज़ उठाउण तों पिछे ना हटे अते इस देश विच अखौती लोकतंत्र नहीं सगों असली लोकतंत्र दी बहाली हो सके। वाहिगुरू जी का खालसा, वाहिगुरू जी की फतेह।